ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਆਪਣਾ ਯੂਟਿਊਬ ਚੈਨਲ ਆਨਲਾਈਨ ਜਿਹਨੂੰ ਜੇ ਕਰਨ ਵਾਲਾ ਬਹੁਤ ਬਹੁਤ ਸਵਾਗਤ। ਅੱਜ ਆਪਾਂ ਲੈ ਕੇ ਆਏ ਤੁਹਾਡੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਰੈਸਟੋਰੈਂਟ ਜਿਹੜਾ ਕਿ ਨਹਿਰ ਦੇ ਉੱਪਰ ਦੋਸਤੋ ਬਣਿਆ ਹੋਇਆ ਹੈ, ਤਕਰੀਬਨ ਉੱਪਰ ਤੈਰਦਾ ਹੈ ਨਹਿਰ ਦੇ। ਇਹ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਬੜਾਵਾ ਦੇਣ ਲਈ ਬਣਾਇਆ ਗਿਆ ਸੀ। ਜੇਕਰ ਆਪਾਂ ਗੱਲ ਕਰੀਏ ਹੁਣ ਤੱਕ ਤੱਕ ਇਹ ਰੈਸਟੋਰੈਂਟ ਕਰੋਨਾ ਦੇ ਟਾਈਮ ਦੇ ਬਾਅਦ ਤੋਂ ਬੰਦ ਪਿਆ, ਇਹਦੇ ਵੱਲ ਬਿਲਕੁਲ ਨਹੀਂ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ। ਜਿਹੜੀ ਆਪਾਂ ਗੱਲ ਕਰੀਏ ਜੇ ਆਪਣੇ ਪੰਜਾਬ ਤੋਂ ਪਾਕਿਸਤਾਨ ਨੂੰ ਬੱਸ ਜਾਂਦੀ ਹੈ, ਉਹ ਬਣਾ ਰੁਕਦੀ ਹੁੰਦੀ ਸੀ ਕਰੋਨਾ ਦੇ ਟਾਈਮ ਤੋਂ ਪਹਿਲਾਂ। ਲਗਭਗ ਪੂਰੇ ਸਾਰੇ ਤਰ੍ਹਾਂ ਦੇ ਪੂਰੇ ਜਿੰਨੇ ਵੀ ਲੋਕ ਆਉਂਦੇ ਸੀ ਪੂਰੇ ਆ ਕੇ ਖਾਣਾ ਖਾਂਦੇ ਸੀ। ਇੱਕ ਤਰਫ ਤਾਂ ਆਪਣੀ ਸਰਕਾਰ ਕਹਿੰਦੀ ਹੈ ਵੀ ਆਪਾਂ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਬੜਾਵਾ ਦੇਣਾ, ਪਰ ਦੂਜੀ ਤਰਫ ਜੇ ਆਪਾਂ ਦੇਖੀਏ ਜੇ ਇਹੋ ਜਿਹੀਆਂ ਚੀਜ਼ਾਂ ਨੇ ਟੂਰਿਜ਼ਮ ਨੂੰ ਖਿੱਚਦੇ ਨੇ ਪੰਜਾਬ ਵੱਲ, ਉਹਨਾਂ ਦਾ ਬੁਰਾ ਹਾਲ ਹੋਇਆ ਪਿਆ। ਸਰਕਾਰ ਉਹਨਾਂ ਤੋਂ ਬਿਲਕੁਲ ਨਹੀਂ ਧਿਆਨ ਦੇ ਰਹੀ, ਜਿਹੜੇ ਕਿ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ। ਆਜੋ ਦੋਸਤੋ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਰੈਸਟੋਰੈਂਟ। ਆ ਦੇਖੋ ਜਿੰਦਾ ਰੈਸਟੋਰੈਂਟ ਰੂਮ ਨੂੰ ਲੱਗਿਆ ਪਿਆ, ਜਿਹੜਾ ਕਿ ਇਹਨੂੰ ਚੱਲਦਾ ਕਰਨ ਦੀ ਬਹੁਤ ਜ਼ਰੂਰਤ ਆ, ਤਾਂ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਖਿੱਚਿਆ ਜਾਵੇ, ਬਲਕਿ ਇਹੋ ਜਿਹੀਆਂ ਹੋਰ ਪੰਜਾਬ ਦੇ ਵਿੱਚ ਸੁਵਿਧਾ ਹੋਣੀ ਚਾਹੀਦੀਆਂ ਨੇ ਜਿਹੜੀਆਂ ਕਿ ਟੂਰਿਜ਼ਮ ਨੂੰ ਪੰਜਾਬ ਵੱਲ ਅਟਰੈਕਟ ਕਰਨ, ਪੰਜਾਬ ਵੱਲ ਖਿੱਚਣ। ਹਾਂਜੀ ਦੇਖੋ ਜੀ, ਇਹ ਹੈ ਜੀ ਹੋਟਲ ਜਿਹੜਾ ਕਿ ਨਹਿਰ ਦੇ ਉੱਪਰ ਬਣਿਆ ਹੋਇਆ, ਬਹੁਤ ਸ਼ਾਨਦਾਰ ਹੋਟਲ ਆ ਇਹ। ਹੁਣ ਜਿਹੜਾ ਕਿ ਲਗਭਗ ਕਰੋਨਾ ਦੇ ਟਾਈਮ ਤੋਂ ਬਾਅਦ ਬਿਲਕੁਲ ਬੰਦ ਪਿਆ, ਹੁਣ ਤਾਂ ਇਹ ਖੰਡਰ ਦੇ ਵਿੱਚ ਬਦਲਣਾ ਜਾ ਰਿਹਾ, ਇਹਦੇ ਉੱਪਰ ਗੌਰ ਕਰਨ ਦੀ ਬਹੁਤ ਜ਼ਰੂਰਤ ਆ। ਇਹ ਇਹੋ ਜਿਹੀਆਂ ਚੀਜ਼ਾਂ ਆਪਣੇ ਪੰਜਾਬ ਦੀ ਸ਼ਾਨ ਨੇ ਜਿਹਨਾਂ ਪਰ ਧਿਆਨ ਦੇਣਾ ਚਾਹੀਦਾ, ਜੋ ਕਿ ਸਰਕਾਰ ਨਹੀਂ ਦੇ ਰਹੀ। ਸਰਕਾਰ ਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਗੌਰ ਕਰਨੀ ਚਾਹੀਦੀ ਹੈ। ਤੁਹਾਡੇ ਨਾਲ ਲੈ ਕੇ ਆਏ ਹਾਂ ਅੱਜ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕੋਨ ਦਿਵਾਓ। ਬਹੁਤ ਘੱਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਹੋ ਰਹੇ ਨੇ, 30,000 ਤੁਹਾਡੇ ਲਈ ਮਿਹਨਤ ਕਰਦੇ ਹਾਂ, ਸਬਸਕ੍ਰਾਈਬ ਕਰ ਦਿਆ ਕਰੋ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ। ਧੰਨਵਾਦ।